ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਦਾ ਪ੍ਰਕਾਸ਼ ਕਰਕੇ ਨਿਤਨੇਮ ਕੀਤਾ ਗਿਆ, ਜਿਵੇਂ ਰੋਜ਼ ਦੀ ਤਰ੍ਹਾਂ ਸਾਰਾ ਪਰਿਵਾਰ ਸਾਡਾ ਇਕੱਠੇ ਬੈਠ ਕੇ ਜਿਹੜਾ ਨਿਤਨੇਮ ਕਰਦੇ ਆ। ਅੱਜ ਜਿਹੜਾ ਖਾਸ ਤੁਹਾਨੂੰ ਸੰਗਤਾਂ ਮੂਹਰੇ ਦੱਸਣਾ ਚਾਹੁੰਦੇ ਹਾਂ, ਅੱਜ ਅਸੀਂ ਸਾਡਾ ਪੂਰਾ ਪਰਿਵਾਰ ਜਿਵੇਂ ਹਰੇਕ ਸਾਲ ਦੀ ਤਰ੍ਹਾਂ ਅੱਜ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਜਿਹੜਾ ਕੀਰਤਨ ਦਾ ਆਨੰਦ ਮਾਣਦੇ ਹਾਂ। ਹਰੇਕ ਸਾਲ ਜਾਈਦਾ ਆ, ਅੱਜ ਜਿਹੜਾ ਉਹ ਦਿਨ ਆਇਆ ਅਸੀਂ ਅੱਜ ਜਾ ਰਹੇ ਹਾਂ, ਅਤੇ ਤੁਸੀਂ ਬਣੇ ਰਹੋ, ਜ਼ਰੂਰ ਦੇਖਿਓ। ਸਾਡੇ ਪਰਿਵਾਰ ਨੇ ਅੱਜ ਸਵੇਰੇ ਇੱਥੇ ਕੀਰਤਨ ਕਰਕੇ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਦੇ ਚਰਨਾਂ 'ਚ, ਵੀ ਸੁੱਖ ਸਵੇਲੀ ਸਾਡਾ ਪੂਰਾ ਪਰਿਵਾਰ ਜਿਹੜਾ ਸਾਰੇ ਦਿਨੇ ਪਿਕਨਿਕ ਮਨਾ ਕੇ ਜਿਹੜਾ ਆਵੇ, ਕਿਸੇ ਨੂੰ ਕੋਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਸੁੱਖ ਸਵੇਲੀ ਗੁਰੂ ਸਾਹਿਬ ਸਾਡੇ ਬਾਬਾ ਦੀਪ ਸਿੰਘ ਜੀ ਕਿਰਪਾ ਬਣਾਈ ਰੱਖਣ। ਬਣੇ ਰਹੋ, ਜ਼ਰੂਰ ਦੇਖਿਓ ਸਾਰੀ, ਅਤੇ ਫਿਰ ਅਸੀਂ ਦਿਖਾਲਾਂਗੇ ਤੁਹਾਨੂੰ ਵੀ ਅਸੀਂ ਸਵੇਰੇ ਕਿੱਦਾਂ ਸਾਡਾ ਰੂਟੀਨ ਦੇ ਵਿੱਚ ਸਾਡਾ ਕੀ ਅਸੀਂ ਕਰਦੇ ਹਾਂ, ਸਾਡੇ ਰੂਟੀਨ ਦੇ ਵਿੱਚ ਕੀ ਕਾਰਜ ਹੁੰਦੇ ਆ ਉਹ ਵੀ ਤੁਹਾਨੂੰ ਦਿਖਾਲਦੇ ਹਾਂ। ਜਿਵੇਂ ਸਵੇਰੇ ਬੁਰਸ਼ ਕਰਨਾ, ਬੁਰਸ਼ ਤੋਂ ਬਾਅਦ ਫਿਰ ਚਾਹ ਦਾ ਟਾਈਮ, ਚਾਹ ਦੇ ਟਾਈਮ ਤੋਂ ਬਾਅਦ ਫਿਰ ਸੈਰ ਕਰਨੀ, ਸੈਰ ਕਰਨ ਤੋਂ ਬਾਅਦ ਫਿਰ ਪ੍ਰਸ਼ਾਦੇ ਤੋਂ ਬਾਅਦ ਫਿਰ ਆਰਾਮ ਕਰਨਾ, ਘੜੀ ਬੈਠ ਕੇ ਸਾਰੇ ਪਰਿਵਾਰ ਨੇ ਦਵਾਈ ਖਿਲਾ ਕੇ, ਜਿਨ੍ਹਾਂ ਦੀ ਦਵਾਈ ਚੱਲਦੀ ਮੈਡੀਸਿਨ ਚੱਲਦੀ ਮੈਡੀਸਿਨ ਖਿਲਾ ਕੇ ਫਿਰ ਉਹਨੇ ਘੜੀ ਆਰਾਮ ਕਰਨਾ। ਆਰਾਮ ਕਰਨ ਤੋਂ ਬਾਅਦ ਫਿਰ ਜਿਹੜਾ ਇੱਦਾਂ ਹੀ ਰੋਜ਼ ਰੂਟੀਨ 'ਚ ਚੱਲਦਾ, ਪਰ ਫਿਰ ਐਤਕੀ ਅਸੀਂ ਜਿਹੜਾ ਅੱਜ ਜਿਹੜਾ ਅਸੀਂ 12 ਵਜੇ ਤਕਰੀਬਨ ਅਸੀਂ ਗੋਰਾਸਰਾ ਸੇਵਾ ਘਰ ਤੋਂ ਚਾਲੇ ਪਾ ਦਿੱਤੇ ਗਏ ਆ, ਅਤੇ ਚਾਲੇ ਪਾ ਕੇ ਜਿਹੜਾ ਅਸੀਂ ਤੁਸੀਂ ਦੇਖ ਸਕਦੇ ਹਾਂ ਇਹ ਖੱਡ ਦੇ ਜਿਹੜੀ ਇਹ ਖੱਡ ਆ ਜਿਹੜਾ ਪਾਣੀ ਵਗਦਾ ਆ ਇਹਨੂੰ ਠਾਣਾ ਡੈਮ ਕਹਿੰਦੇ ਆ। ਤੁਸੀਂ ਕਾਫੀ ਅਕਸਰ ਵੀਡੀਓ ਇਸ ਜਗ੍ਹਾ ਦੀ ਦੇਖੀਆਂ ਹੋਣਗੀਆਂ, ਪਰ ਜੋ ਆਨੰਦ ਉੱਥੇ ਬੈਠ ਕੇ, ਜੋ ਕੁਦਰਤ ਦੇ ਗੋਦ ਦੇ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ, ਜੋ ਸਿਮਰਨ ਦਾ ਆਨੰਦ ਮਾਣਿਆ, ਤਾਂ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਜਿਹੜੇ ਅਸੀਂ ਉੱਥੇ ਉਸ ਟਾਈਮ ਸੀਗੇ, ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਅਸੀਂ ਕਿੱਦਾਂ ਕਿਹੜੀ ਉਸ ਟਾਈਮ ਅਵਸਥਾ ਸਾਡੀ ਬਣੀ ਹੋਈ ਸੀ, ਸਾਰੇ ਸਾਡੇ ਪਰਿਵਾਰ ਦੀ, ਸਾਡੇ ਇੰਨੇ ਪਰਿਵਾਰ ਦੇ ਮੈਂਬਰ ਖੁਸ਼ ਸੀ, ਸਾਰੇ ਵੀ ਅਸੀਂ ਅੱਜ ਜਾ ਰਹੇ ਹਾਂ, ਘੁੰਮਣ ਜਾ ਰਹੇ ਹਾਂ ਅਸੀਂ, ਵੀ ਮਤਲਬ ਸਾਨੂੰ ਸਾਲ ਦੇ ਵਿੱਚ ਇੱਕ ਦਿਨ ਹੁੰਦਾ ਸਾਡਾ ਜਿਹੜਾ ਅਸੀਂ ਇਹ ਕੱਢਦੇ ਹਾਂ ਦਿਨ ਸਾਲ ਦੇ ਵਿੱਚ, ਅਤੇ ਤਕਰੀਬਨ ਅਸੀਂ ਹੁਣ ਜਿੱਦਾਂ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਬਹੁਤ ਚਿਹਰਿਆਂ ਦੇ ਖੁਸ਼ੀ ਸੀ, ਅਸੀਂ ਹੁਣ ਸੋਚਦੇ ਹਾਂ ਵੀ ਅਸੀਂ ਇੱਕ ਦਿਨ ਹੋਰ ਵਧਾ ਦਿੱਤੀ ਹੈ, ਜਾਂ ਵੀ ਜਿੱਦਾਂ ਸਾਲ 'ਚ 2 ਵਾਰੀ ਜ਼ਰੂਰ ਬਾਹਰ ਜਿਹੜਾ ਆਊਟਿੰਗ ਕਰਨ ਜਾਇਆ ਕਰੀਏ, ਅਤੇ ਨਾਲੇ ਤਾਂ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਖੁਸ਼ ਹੋ ਜਾਂਦੇ ਆ, ਨਾਲੇ ਉਹ ਬਾਹਰ ਨਿਕਲਦੇ ਆ ਇਸ ਸੇਵਾ ਘਰ 'ਚੋਂ ਅਤੇ ਖੁਸ਼ੀ ਮਹਿਸੂਸ ਕਰਦੇ ਆ, ਅਤੇ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਇੱਕ ਵਾਰ ਹੋਰ ਜਿਹੜਾ ਜਾਇਆ ਕਰੀਏ, ਜਿੱਦਾਂ 2 ਵਾਰੀ ਸਾਲ ਦੇ ਵਿੱਚ ਉੱਥੇ ਜਾਇਆ ਕਰੀਏ। ਅਤੇ ਅਸੀਂ ਪਹਿਲਾਂ ਹੁਣ ਸਾਨੂੰ ਕਾਫੀ ਵੀਰਾਂ ਨੇ ਫੋਨ ਕੀਤੇ ਵੀ ਸਾਨੂੰ ਨਹੀਂ ਤੁਸੀਂ ਦੱਸਿਆ, ਸਾਨੂੰ ਨਹੀਂ ਦੱਸਿਆ, ਅਸੀਂ ਗਾਂਹ ਹੁਣ ਜ਼ਰੂਰ ਪੋਸਟ ਪਾ ਕੇ ਜ਼ਰੂਰ ਦੱਸਿਆ ਕਰਾਂਗੇ ਵੀ ਅਸੀਂ ਅੱਜ 19 ਤਰੀਕ ਨੂੰ ਜਾ ਰਹੇ ਹਾਂ, ਅਤੇ ਜੇ ਕਿਸੇ ਵੀਰ ਸੱਜਣ ਨੇ ਜਾਣਾ ਤਾਂ ਜ਼ਰੂਰ ਜਾਵੇ। ਹੁਣ ਅਸੀਂ ਮਾਫ਼ੀ ਚਾਹੁੰਦੇ ਹਾਂ, ਯਕਦਮ ਪ੍ਰੋਗਰਾਮ ਰੱਖਿਆ ਗਿਆ, ਨਹੀਂ ਸੂਚਿਤ ਕਰ ਹੋਇਆ ਸੰਗਤਾਂ ਨੂੰ, ਅਗਾਂਹ ਅਸੀਂ ਇਸ ਬਕਾਇਦਾ ਪ੍ਰੋਗਰਾਮ ਦੇ ਲਈ ਅਸੀਂ ਜਿਹੜੀ ਪੋਸਟ ਬਣਾ ਕੇ ਜ਼ਰੂਰ ਪਾਇਆ ਕਰਾਂਗੇ, ਤਾਂ ਜੋ ਸਾਡੇ ਸਾਰੇ ਵੀਰ ਜੇ ਕੋਈ ਜਾਣਾ ਚਾਹੁੰਦਾ ਹੈ ਉੱਥੇ ਸਾਡੇ ਨਾਲ ਸਾਡੇ ਪਰਿਵਾਰ ਦੇ ਨਾਲ ਬੈਠ ਕੇ ਤੁਸੀਂ ਉੱਥੇ ਆਨੰਦ ਮਾਣ ਸਕਦੇ ਕੀਰਤਨ ਦਾ, ਪਰ ਇੱਕ ਵਾਰ ਆ ਕੇ ਦੇਖਿਓ। ਇੱਕ ਤਾਂ ਇਹ ਪਹਿਲਾਂ ਜਿਹੜੇ ਵੀਰ ਆ ਲਵਾਰਸ ਜਿਹੜੇ ਆ ਅਨਾਥ ਆ ਜਿਹੜੇ ਇਹ ਪਹਿਲਾਂ ਹੀ ਖੁਸ਼ੀਆਂ ਤੋਂ ਇੱਦਾਂ ਦੀਆਂ ਖੁਸ਼ੀਆਂ ਤੋਂ ਵਾਂਝੇ ਆ, ਇਹਨਾਂ ਨੂੰ ਕਦੀ ਅਪਣਾ ਕੇ ਦੇਖਿਓ, ਇਹਨਾਂ ਦੇ ਨਾਲ ਮਿਲ ਕੇ ਦੇਖਿਓ ਕੀ ਆਨੰਦ ਵੱਜਦਾ ਆ, ਅਤੇ ਅਸੀਂ ਜ਼ਰੂਰ ਇਹ ਕਰਾਂਗੇ ਜ਼ਰੂਰ। ਅਤੇ ਹੁਣ ਜਿਹੜਾ ਨਹਾਉਣ ਦਾ ਪਹਿਲਾਂ ਤੁਸੀਂ ਦੇਖਿਆ ਸਾਡੀਆਂ ਬੀਬੀਆਂ ਪ੍ਰਸ਼ਾਦਾ ਪਕਾ ਰਹੀਆਂ, ਫਿਰ ਹੁਣ ਇਸ਼ਨਾਨ ਕਰਵਾ ਰਹੇ ਸਾਡੀ ਟੀਮ ਮੈਂਬਰ ਇਸ਼ਨਾਨ ਕਰਵਾਉਣ ਤੋਂ ਬਾਅਦ, ਅਤੇ ਫਿਰ ਪੂਰੀ ਚੀਜ਼ ਜ਼ਰੂਰ ਬਣੇ ਰਹੋ, ਜ਼ਰੂਰ ਸਾਡੇ 'ਤੇ ਸੇਵਾ ਕਰਦੇ, ਇੱਕ ਛੋਟੀ ਜਿਹੀ ਉਪਰਾਲਾ, ਅਤੇ ਤੁਸੀਂ ਬਣੇ ਰਹੋ, ਸਾਥ ਤੁਹਾਡੇ ਦੀ ਲੋੜ ਆ, ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ। ਦੇਖੋ ਜਦੋਂ ਸ਼ੇਅਰ ਕਰਦੇ ਹਾਂ ਸਾਨੂੰ ਲੋਕ ਕਮੈਂਟ ਮਾਰ ਕਰਦੇ ਆ, ਅਤੇ ਸਾਡਾ ਵੀ ਇੱਕ ਹੌਂਸਲਾ ਵੱਧਦਾ ਆ, ਅਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। No.
Thank you.
Thank you.
नानक ते लिख जले केती छुट्टी अर्जन हर गोविंद नो सिमरो श्री हर आय श्री हर कृष्ण जीती आई है जिस जिथे सब दुख जाए तेग बहादुर सिमरिया कर नौ निधावै ताए सब थाई होए सहाय दसवें पातशाह साहिब श्री गुरु गोबिंद सिंह साहब महाराज अमृत दे दाते सरबंस दानी सतगुरु जी आप सब थाई होए सहाय दसा पातशाहियां दे पावन स्वरूप जुगो जुग अटल चौर छत्र तख्त दे मालिक धन श्री गुरु ग्रंथ साहिब महाराज जी आप सब थाई होए सहाय। आप जी दे पवित्र पाठ दीदार दा ध्यान रखे खालसा साहिब बोलो जी वाहेगुरु। पंजा प्यारियां चौहान साहिबजादियां चाली मुक्तियां हठियां जपियां तपियां जिन्हां नाम जपिया वंडकी छपिया ਦੇਵ ਚਲਾਏ ਤੇਗ ਵਾਹੀ ਦੇਖ ਕੇ ਦਿੱਤ ਕੀ ਤਤਨਾ ਪਿਆਰਿਆਂ ਸੇ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਟੀਆਂ ਲੁਹਾਈਆਂ ਚੜ੍ਹਦੀਆਂ ਤੇ ਚਾੜੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤੇਰਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਿੰਘ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵੈ ਚਿਤਾ ਦਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਹਿਤ ਦੇਗ ਤੇਗ ਪਤੇ ਜੀ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਦੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੁੰਗੇ ਜੁਗ ਹੋ ਜੁਗਾ ਟਲ ਧਰਮ ਕਹਿ ਜਾਂਦਾ ਖਾਲਸਾ ਸਾਹਿਬ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਕਰਨੀ ਮਤ ਪਤ ਦੀ ਰਾਤੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਤੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਪ ਜੀ ਸ਼੍ਰੀ ਨਾਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦਾ ਧਾਮਾ ਜਿਨ੍ਹਾਂ ਤੋਂ ਆਪ ਜੀ ਦੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਜਿਨ੍ਹਾਂ ਦੀ ਸੇਵਾ ਸੰਭਾਲ ਖੁੱਲ੍ਹੇ ਦਰਸ਼ਨ ਦੀਦਾਰ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰੋ ਮਹਾਰਾਜ ਜੀ ਜੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ ਨਿਤਾਣਿਆਂ ਦੇ ਤਾਲ ਯੋਗਿਆਂ ਦੀ ਓਟ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰੰਗ ਕੀਤੀ ਹੈ ਉਦਮ ਮੱਧ ਪ੍ਰਬੰਧ ਜਨਮ ਜੋ ਪ੍ਰੇਰਿਤ ਕਰਨਾ ਜੀ ਕੁਦਰਤ ਕਰਕੇ ਵਸਿਆ ਸੋਈ ਕੁਦਰਤ ਦੀ ਗੋਦ ਵਿੱਚ ਬਿਠਾ ਕਰਕੇ ਸਤਿਗੁਰ ਸੱਜੇ ਪਾਤਸ਼ਾਹ ਮਹਾਰਾਜ ਹਰ ਜਸ ਸੱਜੇ ਪਾਤਸ਼ਾਹ ਸਿਮਰਨ ਦੀ ਦਾਤ ਮਹਾਰਾਜ ਜੀ ਕਿਰਪਾ ਕਰਨੀ ਇਤਨੇ ਸਮੇਂ ਦੌਰਾਨ ਆਪ ਜੀ ਦੀ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਸਿਮਰਨ ਸੁਣਦਿਆਂ ਹੋਇਆਂ ਬਾਣੀ ਸੁਣਦਿਆਂ ਹੋਇਆਂ ਬਾਣੀ ਗਾਇਨ ਕਰਦਿਆਂ ਹੋਇਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਚੁੱਕਾਂ ਦੀ ਕਿਰਪਾ ਬਖਸ਼ਿਸ਼ ਕਰਨੀ ਅਰਦਾਸ ਉਸ ਮਤ ਬਖਸ਼ਿਸ਼ ਕਰਨੀ ਦਾਤਾ ਜੀ ਇੱਕ ਮਨ ਇੱਕ ਚਿੱਤ ਹੋ ਕਰਕੇ ਬਾਣੀ ਪੜ੍ਹਨ ਦੀ ਦਾਤ ਪ੍ਰਦਾਨ ਕਰਨੀ ਦਾਨ ਸਰਵਣ ਕਰਨ ਦੀ ਦਾਤ ਪ੍ਰਦਾਨ ਕਰਨੀ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨੀ ਇਹ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲਕੁਲ ਭੇਟਾਵਾਂ ਆਪਣੀ ਜਾਤੀ ਪ੍ਰਵਾਨ ਕਰਨੀਆਂ ਸਭਨਾਂ ਨੂੰ ਆਪਣੇ ਦੁਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੱਚੇ ਪਾਤਸ਼ਾਹ ਮਹਾਰਾਜ ਜੋ ਆਪ ਜੀ ਨੇ ਸਮੂਹ ਵੀਰਾਂ ਨੂੰ ਸੇਵਾ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ ਆ ਸੱਚੇ ਪਾਤਸ਼ਾਹ ਜਿਤਨੇ ਮਰੀਜ਼ ਰਹਿ ਰਹੇ ਨੇ ਸਤਿਗੁਰੂ ਜੀਓ ਕਿਰਪਾ ਕਰੋ ਰਹਿਮਤ ਕਰੋ ਸੱਚੇ ਪਾਤਸ਼ਾਹ ਆਪਣੀ ਮਿਹਰ ਵਰਤਾ ਕਰਕੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਸਦੀਪ ਕਰਕੇ ਸਦੀਪ ਕਾਲ ਜੋੜ ਕਰਕੇ ਰੱਖੋ ਸਿਮਰਨ ਭਜਨ ਦੀਆਂ ਦਾਤਾਂ ਬਖਸ਼ਿਸ਼ ਕਰੋ ਮਹਾਰਾਜ ਜੀ ਕਿਰਪਾ ਕਰਨੀ ਸਮੂਹ ਵੀਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਸੇਵਾ ਸਿਮਰਨ ਸੇਵਾ ਕਰਨ ਦੀ ਚਾਹੋ ਮਤ ਬੁੱਧੀ ਪ੍ਰਦਾਨ ਕਰਨੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਇਸ ਵੇਲੇ ਸਮਾਪਤੀ ਦੀ ਅਰਦਾਸ ਹੈ ਆਪ ਜੀ ਕਿਰਪਾ ਕਰੋ ਮਹਾਰਾਜ
ਸਾਰਿਆਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਸਹੀ ਗੁਰਮੁਖ ਸੱਜਣ ਸੰਤ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਪਵਿੱਤਰ ਨਾਮ ਚਿਤਾਵੈ ਨਾਨਕ ਨਾਮ ਚੜ੍ਹਨ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸਰਵਿਸ ਤੁਹਾਡੀ ਕੋਈ ਗੱਲ ਨਹੀਂ ਫੇਕ ਹੀ ਹੋਇਆ।